ਚੱਲਦਾ ਸੀ ਪੈਰ ਖਜਲ ਪਾਉਣਾ ਆ ਮੁਰੰਮਤ ਕਰਵਾ ਦੇ ਚੰਗੀ ਤਰ੍ਹਾਂ। ਅਤੇ ਕੱਲ੍ਹ ਜਿਹੜਾ ਆਪਣਾ 15 ਕੁ ਸਾਲ ਪੁਰਾਣਾ ਦੱਬਿਆ ਹੋਇਆ ਬੋਰ ਵਾਲਾ ਟੋਆ ਕੱਢ ਕੇ ਆਏ ਸੀਗੇ ਅਤੇ ਉਹ ਅੱਜ ਬੋਰ ਚਲਾਉਣ ਦੀ ਤਿਆਰੀ ਆ। ਅਤੇ ਇਹ ਜਾਮ ਹੋਇਆ ਵਾ ਪਿਛਲੇ ਸਾਲ ਇੱਕ ਅੱਧੋਂ ਕੱਢ ਕੇ ਰੱਖਿਆ, ਦੋ ਢਾਈ ਸਾਲ ਹੋ ਗਏ ਇਹਨੂੰ ਖੂਹ 'ਚੋਂ, ਆਪਣੇ 'ਚੋਂ ਪਹਿਲਾਂ ਕੱਢ ਕੇ ਰੱਖੇ ਨੇ ਹੋਰ ਖੂਹ 'ਚੋਂ ਅਤੇ ਹੁਣ ਜਾਮ ਹੋਇਆ ਪਿਆ ਅਤੇ ਮਨਪ੍ਰੀਤ ਮੁਰੰਮਤ ਕਰੀ ਜਾਂਦਾ, ਇਹਦੀ ਪੂਰੀ ਤਿਆਰੀ ਚੱਲ ਰਹੀ ਹੈਗੀ। ਅਤੇ ਉੱਧਰ ਗੱਗੂ ਨਾਲ ਜਾ ਕੇ ਗਾਡਰ ਗੁਡਰ ਧਰਾਉਂਦੇ ਹੈਗੇ, ਉਹ ਟੋਆ ਕੱਚਾ ਗਾ ਉਸੇ 'ਤੇ ਐਂ ਧਰ ਕੇ ਗਾਡਰੀਆਂ ਦੇ ਉੱਤੇ ਪੱਖਾ ਧਰ ਕੇ ਕਿਹੜੀ ਲਾ ਕੇ ਚਲਾਵਾਂਗੇ ਪੂਰੇ ਦਿਨ ਦਾ ਮਾਹੌਲ ਚੱਲ ਦਿਖਾਵਾਂਗੇ। ਅਤੇ ਗੁਆਂਢੀ ਮਿੱਤਰ ਨਵੀ ਚਾਹ ਪਾਣੀ ਪੀ ਲਿਆ ਠੀਕ ਹੈ। ਅਤੇ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਅਤੇ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਵਲੋਗ 'ਚ। ਅੱਜ 3 ਹਾੜ ਆ, ਕਿੰਨੀ ਜੂਨ ਹੋ ਗਈ ਉਹ 16 ਜੂਨ ਆ, ਬਰਾ 2024 ਅਤੇ ਸਵਾਗਤ ਆ ਸਾਰਿਆਂ ਦਾ ਜੀ ਆਇਆਂ ਨੂੰ ਚੰਗੀ ਤਰ੍ਹਾਂ। ਅਤੇ ਇੱਧਰ ਤਾਜ ਨਹਾ ਚੁੱਕਿਆ, ਕਿੱਥੇ ਜਾਣਾ ਤਾਜ ਅੱਜ ਹੈਂ, ਤੜਕੇ ਤੜਕੇ ਨਹਾ ਲਏ ਆਪਾਂ ਕਿਤੇ ਵੀ ਨਹੀਂ ਹੈਂ, ਉਹ ਇੱਦਾਂ ਮੋਟਾ ਢਿੱਡ ਹੋ ਗਿਆ ਜੀ, ਇਹ ਹੋਇਆ ਨਹੀਂ ਦਿਖਾਈ, ਇਹ ਉਹ ਇੱਦਾਂ ਮੋਟਾ ਢਿੱਡ ਹੋ ਗਿਆ ਜੀ ਬੋਲੇ। ਬਸ ਬਸ ਬਹੁਤਾ 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 ਬੜਾ ਵੱਡਾ ਨਗਰ ਰੇਡ ਹੈ। ਸਤਿ ਸ਼੍ਰੀ ਅਕਾਲ ਬਲਾਸ਼ ਜੀ ਨਗਰ, ਇੱਧਰ ਇੱਧਰ ਫਿਰ ਮੈਂ ਖੇਤ ਲੈ ਜੂੰਗਾ। ਸਤਿ ਸ਼੍ਰੀ ਅਕਾਲ ਬਲਾ ਤੂੰ ਸਾਰਿਆਂ ਨੂੰ ਸੰਘਾ ਗੀ ਹਾਂ ਠੀਕ ਹੈ ਜੀ। ਧੰਨਵਾਦ ਵੀਡੀਓ 'ਤੇ ਕਲਿੱਕ ਕਰਨ ਵਾਸਤੇ, ਐਂਡ ਤੱਕ ਲਾ ਜ਼ਰੂਰ ਦੇਖਿਓ ਪਿੰਡਾਂ ਵਾਲਾ ਮਾਹੌਲ 'ਚ ਆਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਹਾਂ ਸਾਂਝੀ ਤੁਹਾਡੇ ਨਾਲ, ਜਿਹੜੀ ਘਰ ਪਰਿਵਾਰ 'ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਹੋ। ਮਾਤਾ ਜੀ ਅਤੇ ਆ ਜਾਓ ਇੱਧਰ, ਇੱਧਰ ਇੱਥੇ ਕਰਦੀ ਸਤਿ ਸ਼੍ਰੀ ਅਕਾਲ, ਇੱਧਰ ਆ ਕੇ ਕਰੋ ਪਾ ਤੇ ਸੁੱਕਣੇ। ਮਾਤਾ ਦੀ ਹਾਜ਼ਰੀ ਅੱਜ ਤੜਕੇ ਲਵਾਤੀ ਆ ਤੇ ਫਿਰ ਖੇਤ ਵਾ, ਹਾਂ ਕਈ ਵਾਰੀ ਮਾਤਾ ਪੈ ਜਾਂਦੇ ਹੁੰਦੇ ਸ਼ਾਮ ਨੂੰ, ਅਸੀਂ ਲੇਟ ਹੋ ਜਾਂਦੇ ਖੇਤੋਂ ਆਉਂਦੇ ਹੁੰਦੇ ਤਾਂ ਹੁਣ 2-3 ਕੁ ਦਿਨਾਂ 2 ਵਲੋਗ ਆਇਆ ਕਰਨਗੇ ਤੇ ਇੱਕ ਸਵੇਰੇ 7 ਵਜੇ ਇੱਕ ਸ਼ਾਮ ਨੂੰ 7 ਵਜੇ, ਪਹਿਲਾਂ ਇੱਕ ਸ਼ਾਮ ਨੂੰ ਵੀਡੀਓ ਕੱਟ ਕੇ ਉਹ ਅਪਲੋਡ ਲਾ ਕੇ ਪਿਆ ਅਤੇ ਫਿਰ ਇੱਕ ਹੁਣ ਸਵੇਰੇ 5 ਵਜੇ ਦਵਾ ਦਾ ਉੱਠ ਕੇ ਕੱਟੀ ਅਤੇ ਵੀਡੀਓ ਅਪਲੋਡ ਲਾਈ। ਅਤੇ ਖੈਰ ਧੰਨਵਾਦ ਸਾਰੇ ਵੀਰੇ ਭੈਣਾਂ ਦੇ ਜਿਹੜੇ ਸਪੋਰਟ ਕਰਦੇ ਆ। ਇੱਧਰ ਚੋਰ ਮੋਰੀ ਥਾਣੀ ਵੀ ਆਪਾਂ ਲੰਘਦੇ ਹਾਂ ਗੱਗੂ ਵਾਲੇ ਪਾਸੇ, ਆਓ ਬੱਲੇ ਗੱਗੂ ਗਾਟਰ ਧਰੇ ਦਾ ਨੀ, ਹਾਂ ਠੀਕ ਹੈ ਹਾਂ ਟਿਕ ਜੂ ਚਾਚਾ, ਰੇੜੀ ਤਾਂ ਸੂਤ ਨਹੀਂ ਆਉਣੇ ਗਾਡਰ ਨਾ, ਛੋਟੇ ਹੀ ਆਊਂਗਾ ਕੋਈ ਟਿਕ ਵੀ ਸਕਦੇ। ਹੋਰ ਚਾਚਾ ਲੋਟ ਆ ਉਹ ਚਲਾ ਕੇ ਦੇਖਦੇ ਹਾਂ ਗਿੜੀ ਜਿਹੀ ਤਰ੍ਹਾਂ ਉੱਤੇ ਬੋਰ, ਹਾਂ ਟੋਆ ਵੱਡਾ ਹੋ ਗਿਆ ਹੁਣ ਉਹ ਅਲੱਗ ਛੋਟੀਆਂ ਲੈ ਜਾਂਦੇ ਗੱਗੂ ਗਾਡਰੀਆਂ ਯਾਰ, ਧਰ ਲੈਂਦੇ ਪਿਓ ਨਾ ਪਾਪਾ ਕਿਉਂ ਚੜਾਉਣਾ
ਖੇਤ ਜਾਊਂਗਾ ਜਦੋਂ ਜਾਣ ਵਾਲਾ ਹੋ ਗਿਆ ਉਦੋਂ ਖੇਤੋਂ ਲੁਕਿਆ ਕਰੇਗਾ, ਮੈਂ ਨਹੀਂ ਜਾਂਦਾ, ਮੈਂ ਤਾਂ ਪੜ੍ਹਨ ਜਾਣਾ ਗਾ, ਅੱਜ ਹਜੇ ਨਹੀਂ ਜਾਂਦੇ, ਠਹਿਰ ਕੇ ਜਾਵਾਂਗੇ। ਉਹ ਦੇਖੀ ਪੱਖਾ ਖੋਲਤਾ ਉਹਨਾਂ ਨੇ ਸਾਰੇ ਹੀ, ਉਹ ਦੇਖੀ ਤੇਰੇ ਡੈਡੀ ਨੇ ਤੇ ਮੰਤੀ ਚਾਚੇ ਨੇ ਸਾਰਾ ਪੱਖਾ ਖੋਲਤਾ, ਆਹ ਵੇਖ ਆਹ ਪੱਖਾ। ਨਹੀਂ ਜਿਹੜਾ ਜੱਸੂ ਚੜਾਉਂਦਾ ਇਹਨਾਂ ਨਹੀਂ ਜੂੜਾ ਰੱਖੂਗਾ, ਕਹਿੰਦਾ ਕੇਸ ਰੱਖੇਗਾ ਨਾ ਤਾਜ, ਜੂੜਾ ਰੱਖੇਗਾ ਨਾ, ਇਹ ਕਹਿੰਦਾ ਜੱਸੂ ਬਾਈ ਵਾਂਗੂ ਰੱਖੂਗਾ, ਹੈ ਨਾ ਜੱਸੂ। ਆ ਜਾ ਉਰੇ, ਇਹ ਨਹੀਂ ਟਿਕਦਾ, ਬਾਹਲਾ ਇੱਲਤੀ ਆ ਸ਼ੋਰ ਜਾ ਇਹ, ਹੌਲੀ 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 ਡਿੱਗੇਗਾ ਥੱਲੇ, ਪਤਾ ਕੀ ਕੁਛ ਪਿਆ ਗਾ ਇਹ, ਸੰਦ ਸੰਦੇੜੇ ਦੀਂਦੀ ਆ ਤੈਨੂੰ ਇਹ, ਕੀ ਕੁਛ ਪਿਆ, ਆ ਕੌਣ ਆ, ਆ ਕੌਣ ਆਗਾ, ਥਾਪੀ ਦਾ ਮਾਰ ਕੇ ਦਿਖਾ ਦੇ, ਥਾਪੀ ਦਾ ਮਾਰ ਕੇ ਦਿਖਾ ਦੇ, ਚੱਲ ਆ ਜਾ ਰੋਟੀ ਖਾਣੇ ਰਹਿਤੇ ਨਾਲ ਜਾਇਆ ਗੱਗੂ। ਤੇ ਸਵਾ 9:35 ਦਾ ਹੋ ਗਿਆ, ਤੇ 2-2.5 ਘੰਟੇ ਆਹ ਖਾ ਗਿਆ ਇਕੱਲੇ ਹੀ ਪੱਖਾ ਹੀ, ਤੇ ਮਸਾਂ ਚਲਾਇਆ ਕੁੱਟ ਭੰਨ ਕੇ, ਬਾਹਰ ਪਿਆ ਸੀ ਇੱਕ ਤਾਂ ਇਹ, ਇੱਕ ਇਹ 2-2.5 ਸਾਲ ਪਹਿਲਾਂ ਦਾ ਬੰਦ ਕਰਕੇ ਰੱਖਿਆ ਸੀ, ਚਾਲੂ ਹਾਲਤ 'ਚੋਂ ਸੀ ਉਦੋਂ ਤਾਂ, ਅਤੇ ਬਾਕੀ ਉਹ ਤੰਗੜ ਪੱਟੀਆ ਸਾਰਾ ਲੱਦ ਲਿਆ, ਅਤੇ ਚੱਲਦਿਆਂ ਖੇਤ ਬੋਰ ਚਾਲੂ ਕਰਦੇ ਹਾਂ, ਚੱਲੀਏ ਨੌਜਵਾਨ ਭਰਦੇ ਹੁੰਗਾਰਾ ਦੱਬ ਕੇ ਯਾਰ। ਬਠਿੰਡਾ ਸਰਦੂਲਗੜ, ਹਾਂ ਬਈ ਬਸ ਅਸੀਂ ਇੱਧਰ ਮੂੰਹ ਕਰ ਲੈਂਦੇ ਹਾਂ, ਸਾਰਾ ਲਗਾ ਤੁਕਾ ਸਮਾਨ ਰੱਖ ਕੇ ਪਹੁੰਚ ਗਏ ਨੌਜਵਾਨ ਖੇਤ, ਅਤੇ ਹੁਣ ਧਰਦੇ ਹਾਂ ਖੂਹ 'ਤੇ ਕਿਹੜੀ ਕੱਸਦੇ ਹਾਂ, ਪੱਖਾ ਕੱਸਦੇ ਹਾਂ, ਸਾਰੀ ਲੈਣਮੈਂਟ ਬਣਾ ਕੇ ਫਿਰ ਤੁਹਾਨੂੰ ਗੱਲਬਾਤ ਅਗਲੀ ਦੱਸਦੇ ਹਾਂ। ਇਹ ਆਪਣਾ ਬਹੁਤ ਪੁਰਾਣੇ ਸਮੇਂ ਦਾ ਬੋਰ ਜਿਹੜਾ ਪਟੋਆ ਕੱਲ੍ਹ ਲਾ ਕੇ ਗਏ ਸੀ, ਅੱਜ ਇਹਦੇ 'ਤੇ ਧਰਦੇ ਹਾਂ ਪੱਖਾ, ਇਹਨੂੰ ਅਸੀਂ ਗੇੜੀ ਕਹਿ ਦਿੰਦੇ ਹਾਂ, ਪਟਾ ਚੱਲ ਦਿੰਦੇ ਇਹਦੇ ਉੱਤੇ, ਕਰੋਸ ਪਾ ਕੇ ਟਰੈਕਟਰ ਮਗਰ ਚਲਾਵਾਂਗੇ, ਅਤੇ ਗੱਗੂ ਹੋਰਾਂ ਨੇ ਪਾਣੀ ਦੇ 3-4 ਕੱਪ ਠੋਕੇ, ਅਤੇ ਕਹਿੰਦੇ ਹੁਣ ਕੰਮ ਓਕੇ, ਚੱਲ ਸਮਾਨ ਲਾਉਣੇ ਉਹਨੇ, ਆਉਂਦਾ ਬਾਹਰ ਉਹ ਕੀ ਆ, ਉਹ ਚੂਹੀ ਆ ਕੇ ਮਾਰ ਮਾਰ ਚੱਕ ਗੱਗੂ ਧੋਦੇ ਉਹਨੂੰ ਪਾਣੀ ਨਾਲ ਚੱਕ ਕੇ ਵਿਚਾਰੀ ਨੂੰ ਖੇਡ ਦੂਗੀ। ਚਲੋ ਖਿੱਚ ਕੇ ਰੱਖੋ।
ਐਂ ਤਾਂ ਛੱਡੋ ਢਿੱਲਾ ਮਾੜਾ ਜਿਹਾ। ਜਾਣ ਦੇ ਆਖੇ ਜਿਹੇ ਛੱਡਿਆ ਉਹ ਥੋੜਾ ਮਿੱਟੀ ਚੜਿਆ ਸੀ। ਬਸ 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 ਪਹੁੰਚ ਗਿਆ ਰਸਾ ਰੱਖ ਮਾੜਾ ਖਿੱਚ ਕੇ ਇੱਥੇ ਛੱਡ ਦੇ ਜਾਣਾ ਮੈਂ ਥੱਲੇ ਇੱਧਰ ਲੋਰਾਂ ਵਾਲੇ ਪਾਸੇ ਦੀ ਵੱਲ ਛੱਡ ਮੈਨੂੰ ਬੜਾ ਪਾਉਣਾ ਛੱਡਦੇ ਰਸੇ ਨੂੰ ਸਵਾਲਾ ਰੁੜਜੂ ਪਿੱਛੇ ਨੂੰ ਖੜ ਮੜਿਆ ਜਾਣਦੇ ਹੌਲੀ ਦਾ ਨਿਕਲਾ ਛੱਡ ਛੱਡ ਉੜੀ ਦਾ ਨਹੀਂ ਦੇਖਦਾ ਨਹੀਂ ਦੇਖਦਾ ਜਾਣਦੇ ਜਾਣ ਦੋ ਹੌਲੀ ਇੱਕ ਦੂਜੇ ਨੂੰ ਖਿੱਚੋ ਨਾ ਖਿੱਚਦਾ ਕਿਉਂ ਟੰਬਾ ਰੱਖ ਲਾਂਗੇ ਪਾਸੇ ਦੇਖ ਰੱਸਾ ਪਾ ਕੇ ਖਿੱਚ ਲੈਣੇ ਬਾਹਰ ਦੀ ਆ ਜਾਣਾ ਇੱਧਰ ਦੀ ਯਾਰ ਸੈਟਾ ਪਾੜਾ ਜਿਹੜਾ ਪਤਾ ਲੱਗ ਗਿਆ ਮਾੜਾ ਮੋਟਾ ਪਾੜਾ ਚੱਕ ਲਿਆ ਉਹ ਬੇਟਾ ਥੱਲੇ ਪਿਆ ਜਿਹੜਾ ਲੰਘਾ ਕੇ ਫੜਾ ਜੇ ਉੱਥੇ ਦੂਜੇ ਪਾਸੋਂ ਇਧਰਲੇ ਪਾਸੋਂ ਟਪਾ ਸੌਖਾ ਟੱਪੂ ਆ ਉਦੋਂ ਕੈਂਚੀ ਪਾ ਕੇ ਫਿਰ ਪੁੱਠਾ ਖਿੱਚੀ ਜਾਏਗਾ ਅੜੀ ਜਾਊਗਾ ਕੋਈ ਨਾ ਨਹੀਂ ਲੱਗਦੇ ਕੰਘੀ ਜਿੰਨਾ ਥਾਂ ਛੱਡਿਆ ਹੋਇਆ ਉੱਥੇ ਕੱਟਿਆਂ ਦਾ ਅੜੀ ਹੋਏ ਇਹੀ ਕੰਮ ਕਰਿਆ ਅੜੀ ਹੋਏ ਨਾ ਜਿਹਾ ਕੱਟਾ ਲਿਆ ਤਾ ਹਾਂ ਤਾਂ ਨੂੰ ਪੜਾ ਤੁਰਿਆ ਮਾੜਾ ਜਿਹਾ ਕੀ ਹੋ ਗਿਆ ਅਜੇ ਬਾਹਰ ਆਏ ਕਰਾਂ ਥੋੜ੍ਹਾ ਢਿੱਲਾ ਇੱਧਰ ਕੇ ਕਿੱਟ ਲਾ ਦਿੰਦੇ ਹਾਂ ਮੂਹਰੇ ਨਾਲੇ ਲੈਣ ਸਹੀ ਆ ਜੂਗਾ ਹਵਾ ਨਾਲ ਹੀ ਚੱਲਦਾ ਠੀਕ ਹੈ ਚੈੱਕ ਕਰ
ਬੋਝ ਕੇ ਰੱਖ ਲਾ ਹੌਲੀ ਦੇ ਨੇ ਹੱਥ ਰੱਖੀ ਹੌਲੀ ਹੌਲੀ ਹੱਥ ਪਾ ਲੈ ਇੱਥੇ ਉੱਚੇ ਵਾਲਾ ਕੰਮ ਇਹ ਤੈਨੂੰ ਕਮਾਲ ਕਮਾਲ ਤੂੰ ਫੜ ਕੇ ਰੱਖ ਹੁਣ ਬਸ ਇਹਨੂੰ ਤੋੜਨ ਨੂੰ ਕੀ ਲਾ ਦਿਆਂ ਚਾਰੇ ਵਾਸ਼ ਨਾਲ ਅੱਗੇ ਰੱਖ ਲਓ ਘਰਾਂ ਚਲਾਉਣੇ ਫਿਰ ਕਰਦੇ ਕਿਸੇ ਵੇਲੇ ਨੌਜਵਾਨ ਤਿੰਨ ਤੋਂ ਚਾਰ ਹੋ ਗਏ ਕਹਿੰਦੇ ਹੈਪੀ ਵੀ ਆ ਗਿਆ ਹਵਾ ਐਂ ਚੱਲੀ ਜਾਂਦੀ ਜਿਵੇਂ ਕਿਸੇ ਪਾਸ 'ਤੇ ਚੱਲਦੀ ਹੁੰਦੀ ਉੱਚੇ ਦਰੇ 'ਤੇ ਚੱਲਦੀ ਹੁੰਦੀ ਉੱਚੇ ਪਹਾੜ 'ਤੇ ਚੱਲਦੀ ਹੁੰਦੀ ਆ ਅਤੇ ਗੱਗੂ ਕਹਿੰਦਾ ਅੱਜ ਲੋ ਆ ਲੋ ਤਾਂ ਮੈਂ ਸ਼ੇਰ ਬੱਗਿਆ ਰੋਜ਼ ਹੀ ਹੁੰਦੀ ਅੱਜ ਆਪਾਂ ਥੋੜ੍ਹੇ ਜਿਹੇ ਵਿਹਲੇ ਜਿਹੇ ਬੈਠੇ ਜੇ ਹਲਕਾ ਜਿਹਾ ਕੰਮ ਸਮਝਦੇ ਅਸੀਂ ਇਹੋ ਜਿਹੇ ਕੰਮ ਨੂੰ ਮੁੜਕਾ ਨਹੀਂ ਆਇਆ ਇੱਧਰ ਵੀ ਕਸ ਇੱਕ 'ਤੇ ਲਾ ਤਾ ਜ਼ੋਰ ਸਾਰਾ ਆ ਕਸ ਆਹਾ ਤੈਨੂੰ ਮੈਂ ਅੱਜ ਮੁੜਕਾ ਨਹੀਂ ਆਇਆ ਤਾਂ ਹੀ ਹਵਾ ਤੱਤੀ ਲੱਗਦੀ ਆ ਅਤੇ ਮੁੜ ਕੇ ਜਿਹੜਾ ਫਿਰ ਸਾਨੂੰ ਠੰਡੀ ਠੰਡੀ ਲੱਗਦੀ ਰੋਜ਼ ਕੋਈ ਵੀ ਕੰਮ ਕਰਦਾ ਜਦੋਂ ਅਤੇ ਬਾਕੀ ਲੋਟ ਆ ਮਾਹੌਲ ਆ ਸੈੱਟ ਆ ਕੰਮ ਕਰ ਸਾਰਾ ਇਹਨੂੰ ਚਲਾ ਕੇ ਦੇਖਦੇ ਹਾਂ ਉੱਥੇ ਹੁਣ ਕ੍ਰੋਸ ਪਾ ਕੇ ਟਰੈਕਟਰ ਮਗਰ ਰੇਡੀ ਨਾਲ ਖੋਲਦੇ ਰੱਸਾ ਕਿਰਾ ਰੇਡੀ ਕੱਢਦੇ ਹੁੱਕ ਕੱਢਦੇ ਨਾਲੇ ਕ੍ਰੋਸ ਪਾਵਾਂਗੇ ਲਓ ਜੀ ਕਹਿੰਦਾ ਅੱਜ ਪਹਿਲਾ ਦਿਨ ਹੈ ਕਹਿੰਦੇ ਗੱਭਰੂ ਨੇ ਤਿੰਨ ਚਾਰ ਘੰਟਿਆਂ 'ਚ ਬੋਰ ਕੱਢ ਕੇ ਪਰੇ ਮਾਰਿਆ ਸੀ ਅਤੇ ਚੱਕ ਤੇ ਫੱਟੇ ਲਾ ਦਾ ਟਰੈਕਟਰ ਅੱਜ ਅਸੀਂ ਪਾਣੀ ਕਹਿੰਦਾ ਫੁੱਲ ਆ ਕਹਿੰਦਾ ਅਤੇ ਝੋਨਾ ਕਿਵੇਂ ਇੱਕ ਨੰਬਰ ਹੋਊਗਾ ਕਿੱਲੇ 'ਚ ਕਿੰਨਾ ਕੱਢਾਂਗੇ ਆਪਾਂ ਹਾਂ ਕਹਿੰਦੇ ਫਿਰ ਝੋਨਾ ਵੀ ਕਹਿੰਦੇ 90 ਮਨ ਕੱਢਣਾ ਕਹਿੰਦੇ ਪੂਰਾ 100 ਹੀ ਕੱਢਣਾ ਕਿੱਲੇ ਚੋਂ ਕੋਈ ਨਾ ਤਿੰਨ ਚਾਰ ਕੱਟੇ ਚਾਰ ਲੱਗਣਗੇ ਤਿੰਨ ਚਾਰ ਸੂਤੇ ਕੋਈ ਨਾ ਐਂ ਕੀ ਹੁੰਦਾ ਮਾੜੀ ਮੋਟੀ ਲੈਣ ਵਾਸਤੇ ਆਪਾਂ ਇਹ ਚਲਾਉਣਾ ਗਾ ਰੇਸ
ਹੜਾ ਬਈ ਇਹ 15 ਸਾਲਾਂ ਦਾ ਪੁਰਾਣਾ ਬੋਰ ਚਲਾਇਆ ਗਾ। ਠੀਕ ਹੈ ਦੇਖੋ ਕਿੰਨੇ ਕੁ ਸੁੱਤੇ ਲਵਾਉਂਦਾ। ਚੱਲ ਜੈ ਖਵਾਜਾ ਬਲੀ। ਜੈ ਬਾਬੇ ਦੀ। ਗੱਗੂ ਰੇਸ ਚ ਡੱਕਾ ਲਾ ਕੇ ਜਾਈ ਮਾੜਾ ਜਿਹਾ ਓਏ। ਕਾਹਦੇ ਥੱਲੇ ਰਹਿਣਾ ਪਟਾ ਅੰਡਾ ਸਾਰ ਚੈੱਕ ਕਰੋ ਬਾਈ ਰਿਪੋਰਟ ਤੇ ਦੱਸੋ ਕਿਵੇਂ ਆ ਪਾਣੀ ਵਾਧਾ ਘਾਟਾ ਵਾਲੇ ਬੜੇ ਬੁੜੇ ਸੈਟਿੰਗ ਸਹੀ ਆ। 4 ਇੰਚੀ ਪਾਣੀ ਇਹਦਾ ਵਧੀਆ ਪ੍ਰੈਸ਼ਰ ਦਾ ਸੀ। ਚਾਚੇ ਬਾਪੇ ਉਰੇ ਦੱਸਦੇ ਪਹਿਲਾਂ ਅਸੀਂ ਵੀ ਚਲਾਉਂਦੇ ਰਹੇ ਹਾਂ। 15 ਸਾਲ ਪਹਿਲਾਂ ਇਹ ਬੰਦ ਕਰਿਆ ਸੀਗਾ ਚਾਚੇ ਚਲਾ ਲਿਆ ਦੱਸਾਂ ਨੇ ਖੂਹ ਕੱਢ ਕੇ ਦੁਬਾਰੇ। ਵੇਲਾ ਹੋ ਗਿਆ ਪੂਰਾ 2 ਵਜੇ ਦਾ। ਅੱਜ ਕਿਹਾ ਚੱਲ ਬੋਰ ਚਲਾਏ ਨਾਲੇ ਰਵੇਂ ਹੋ ਜੂਗਾ ਅਤੇ ਨਾਲੇ ਆਹ ਹਰੇ ਦਾ ਕਿਆਰਾ ਰਵਾ ਦਿੰਦੇ ਜਮਾਰ ਵਾਲਾ। ਉਹ ਗੱਗੂ ਖੜਾਇਆ ਹੋਇਆ ਡਿਊਟੀ 'ਤੇ। ਵੇਲਾ ਹੋ ਗਿਆ 6:06 ਦਾ। ਨੀਰਾ ਚਾਰਾ ਵੱਢ ਲਿਆ ਰੇਹੜੀ 'ਤੇ ਲੱਦ ਲਿਆ। ਬੋਰ ਚਲਾਉਣਾ ਸੀ ਆਪਣਾ ਬੋਰ ਚਲਾ ਲਿਆ। 1-2 ਕੰਮ ਹੋਰ ਸੀ ਛੋਟੇ ਮੋਟੇ ਉਹ ਕਰ ਲਏ। ਦੁਪਹਿਰ ਤੋਂ ਬਾਅਦ ਬਸ ਵੀਡੀਓ ਨਹੀਂ ਬਣਾਈ ਸੀ ਸਿੱਧੀ ਹਰੇ 'ਤੇ ਆ ਟੱਪ ਕੇ। ਹੁਣ ਇੱਧਰ ਬਾਣ ਗਿੱਲਾ ਸਿੱਲਾ ਕਰਿਆ ਸੀ ਕਰਾਹਾ ਲਾਉਣ ਤੋਂ ਬਾਅਦ ਹੁਣ ਹਲਾਂ ਨਾਲ ਬਣ ਪਈ ਤਾਂ ਪੱਟੀ ਜਾਂਦਾ ਗਾ। ਅਤੇ ਪਰਸੋਂ 18 ਤਰੀਕ ਨੂੰ ਝੋਨੇ ਵਾਲਿਆਂ ਨਾਲ ਗੱਲਬਾਤ ਹੋਈ ਆ। ਹੁਣ ਉਹਨੇ ਦੁਬਾਰੇ
ਕਿ ਲਾ ਲਵਾਂਗੇ। ਅਤੇ ਉਹ ਕਹਿੰਦੇ ਇੱਕ ਅੱਧਾ ਦਿਨ ਖੜ੍ਹਨਾ ਤਾਂ ਖੜ੍ਹ ਵੀ ਜਾਵਾਂਗੇ ਭਾਈ, ਪਨੀਰੀ ਛੋਟੀ ਆ ਤਾਂ। ਅਤੇ ਮੈਂ ਪਰ ਦੇਖਦੇ ਹਾਂ ਬਸ ਪਰਸੋਂ ਆਪਦਾ ਮਾਹੌਲ ਜਿਹਾ, ਹਾਂ ਕਰਦੇ ਹਾਂ ਸ਼ੁਰੂ। ਜਦੋਂ ਤੱਕ ਇਹ ਵੀਡੀਓ ਦੇਖੋਗੇ ਤੁਸੀਂ ਉਦੋਂ ਤਾਂ ਝੋਨੇ ਵਾਲਾ ਹਾਂ ਸਿਲਸਿਲਾ ਜਾਰੀ ਹੋ ਗਿਆ ਹੋਊਗਾ, ਅਤੇ ਹਰਾ ਵਾ ਸਾਬਦਾ ਪੱਠੇ ਰੋਜ਼ ਦੇ ਜਿੰਨੇ ਥੋੜ੍ਹੇ ਜਿਹੇ ਲੈ ਜਾਂਦੇ ਹਾਂ ਗੱਗੂ ਭਾਈ, ਠੀਕ ਹੈ। ਅਤੇ ਹੁਣ ਨੌਜਵਾਨ ਘਰਾਂ ਵੱਲ ਚੱਲਦੇ ਨੇਗੇ, ਅਤੇ ਇਸੇ ਦੇ ਨਾਲ ਸਮਾਪਤੀ ਆ ਆਪਣੇ ਅੱਜ ਦੇ ਬਲੌਗ ਦੀ। ਗੱਗੂ ਕੈਂਪਰ ਰੱਖ ਲਈ ਯਾਰ, ਆ ਗਿਆ ਮੈਂ ਦੋ ਮਿੰਟ। ਅਤੇ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ, ਜੁੜੇ ਰਹੋ ਚੈਨਲ ਦੇ ਨਾਲ, ਪੇਜ ਦੇ ਨਾਲ, ਸਪੋਰਟ ਕਰਦੇ ਰਹੋ। ਅਤੇ ਬਹੁਤ ਸਾਰਾ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ, ਕਰੋੜ ਕਰੋੜ ਧੰਨਵਾਦ। ਅਤੇ ਮਿਲਦੇ ਹਾਂ ਕੱਲ੍ਹ ਨੂੰ ਸਵੇਰੇ 7 ਵਜੇ ਨਵੇਂ ਪ੍ਰੋਗਰਾਮ ਦੇ ਨਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।